ਕਿਸਾਨ ਸਵਾਸਾਂ ਦਾ ਜਵਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਪੰਜਾਂ ਦਰਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੁੱਜ ਆਏ ਹਨ। ਕੋਟੀ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਮੁੱਚੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਨੂੰ ਇਸ ਅਹੁਦੇ ਤੇ ਪਹੁੰਚਾਇਆ। ਡਿਪਟੀ ਚੀਫ ਮਿਨਿਸਟਰ ਜੀ ਦਾ, ਇੱਥੇ ਦੀ ਸੰਗਤ, ਇੱਥੇ ਦੀ ਪਬਲਿਕ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਕਿਉਂਕਿ ਇਹਨਾਂ ਦਾ ਜਿਹੜਾ ਹੈ ਕੰਮ ਕਾਜ ਹੈ ਸਾਰੀ ਤੁਸੀਂ ਜਾਣਦੇ ਹੀ ਹੋ। ਇਹ ਗਰਾਊਂਡ ਲੈਵਲ ਦੇ ਲੀਡਰ ਹਨ, ਇਹਨਾਂ ਨੂੰ ਕੋਈ ਮੰਗ ਰੱਖਣ ਦੀ ਜ਼ਰੂਰਤ ਨਹੀਂ। ਇਹ ਹੈ, ਅਸੀਂ ਫਿਰ ਡਿਪਟੀ ਚੀਫ ਮਿਨਿਸਟਰ ਦਾ ਧੰਨਵਾਦ ਕਰਦੇ ਹਾਂ, ਉਹ ਸਦਾ ਧੰਨਵਾਦ ਕਰਦੇ ਹਾਂ। ਸਾਰੇ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਸੱਜ ਕੇ ਬੈਠੋ, ਅਨੰਦ ਸਾਹਿਬ ਜੀ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਅਰਦਾਸ ਹੋਵੇਗੀ ਤੇ ਦੇਖ ਲੈ ਕੇ ਉਸ ਤੋਂ ਬਾਅਦ ਡਿਪਟੀ ਚੀਫ ਮਿਨਿਸਟਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਇੱਥੇ ਚਾਹ ਦਾ ਲੰਗਰ ਦਾ ਜੋ ਪ੍ਰਬੰਧ ਕੀਤਾ ਗਿਆ ਹੈ, ਡਿਪਟੀ ਚੀਫ ਮਿਨਿਸਟਰ ਜੀ ਚਾਹ ਦਾ ਲੰਗਰ ਛਕ ਕੇ ਫਿਰ ਜਿਹੜਾ ਅੱਗੇ ਜਿਹੜਾ ਪ੍ਰੋਗਰਾਮ ਹੈ ਉਹ ਦੁਸਾਲੇ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਾਰਿਆਂ ਹੀ ਪਤਾ ਹੈ ਕਿ ਮੈਂ ਬੜਾ ਘੱਟ ਬੋਲਦਾ, ਕਿਉਂਕਿ ਇਹ ਜਗ੍ਹਾ ਉਹ ਨਹੀਂ ਹੈ, ਇਹ ਸਥਾਨ ਉਹ ਨਹੀਂ ਹੈ ਜਿੱਥੇ ਅਸੀਂ ਭਾਸ਼ਣ ਕਰੀਏ। ਇੱਥੇ ਤਾਂ ਸਿਰਫ ਰੱਬ ਦਾ ਨਾਂ ਲੈਣ ਵਾਸਤੇ ਅਸੀਂ ਲੋਕ ਆਉਂਦੇ ਹਾਂ, ਉਸ ਮਾਲਕ ਕੋਲੋਂ ਇੱਕ ਮੰਗਣ ਆਉਂਦੇ ਹਾਂ, ਉਸ ਮਾਲਕ ਅੱਗੇ ਅਰਦਾਸ ਕਰਨ ਆਉਂਦੇ ਹਾਂ ਕਿ ਜੋ ਸਾਡੀਆਂ ਖੁਆਬਨ, ਜੋ ਸਾਡੀਆਂ ਆਸਾਂ ਨੂੰ ਪੂਰੀਆਂ ਹੋਣ। ਅਤੇ ਕਿਉਂਕਿ ਨਨਿਆਲ ਮੇਰਾ ਗ੍ਰਾਂ ਹੈ, ਨਨਿਆਲ ਮੇਰੀ ਔਕਾਤ ਔਰ ਹੈਸੀਅਤ ਹੈ, ਇਸ ਨਨਿਆਲ 'ਚ ਮੈਂ ਪੈਦਾ ਹੋਇਆ। ਔਰ ਮੈਂ ਬੜੀ ਜਗ੍ਹਾ ਫਕਰ ਨਾਲ ਇਹ ਕਹਿੰਦਾ ਕਿ ਮੈਂ ਉਸ ਧਰਤੀ ਤੋਂ ਹਾਂ ਜਿਸ ਧਰਤੀ ਪਰ ਸੰਤ ਬਾਲਾ ਸੁੰਦਰ ਸਿੰਘ ਅਲੀ ਬੇਗ ਵਾਲੇ, ਉਹਨਾਂ ਦੀ ਜਗ੍ਹਾ ਹੈ। ਤੋ ਲਿਹਾਜ਼ਾ ਨਨਿਆਲ ਨੇ ਬੜਾ ਕੁਛ ਪਾਇਆ, ਅਸਾਂ ਲੋਕਾਂ ਆਫੀਸਰੀਆਂ ਵੀ ਪਾਈਆਂ, ਔਰ ਅੱਜ ਸੰਤਾਂ ਦੇ ਆਸ਼ੀਰਵਾਦ ਨਾਲ, ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ, ਗੁਰੂ ਗ੍ਰੰਥ ਸਾਹਿਬ ਦੇ ਆਸ਼ੀਰਵਾਦ ਨਾਲ ਅੱਜ ਡਿਪਟੀ ਚੀਫ ਮਿਨਿਸਟਰ ਵੀ ਨਨਿਆਲ ਵਿੱਚ ਹੋ ਗਿਆ ਹੈ। ਨਨਿਆਲ ਵਾਸਤੇ ਫਕਰ ਦੀ ਗੱਲ ਹੈ, ਔਰ ਅਸੀਂ ਜਿੰਨਾ ਵੀ ਧੰਨਵਾਦ ਕਰੀਏ ਆਪਣੇ ਸੰਤਾਂ ਨੂੰ, ਇਸ ਜਗ੍ਹਾ ਨੂੰ, ਇਸ ਸਥਾਨ ਨੂੰ, ਸਾਡੇ ਵਾਸਤੇ ਬਹੁਤ ਘੱਟ ਹੈ। ਅਸਾਂ ਬੜਾ ਕੁਛ ਪਾਇਆ ਇੱਥੋਂ ਇਹਨਾਂ ਸਾਰਿਆਂ, ਅਸਾਂ ਬਾਕੀ ਸਾਰੇ ਇਲਾਕੇ 'ਚ ਲੋਕਾਂ ਪਾਇਆ, ਲੇਕਿਨ ਨਨਿਆਲ ਦੇ ਅਸ ਲੋਕ ਬਹੁਤ ਖੁਸ਼ ਨਸੀਬ ਹਨ। ਸੋ ਮੈਂ ਤੁਸਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਔਰ ਜਿਸਾਂ ਹੁਕਮ ਹੋਇਆ ਕਿ ਤੁਸਾਂ ਕੋਈ ਸੁਖਨ ਲਾਈ ਸੀ, ਤਾਂ ਮੈਂ ਕਿਹਾ ਮੈਂ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦਾ ਜਾਂ। ਤੋ ਲਿਹਾਜ਼ਾ ਮੈਂ ਬੋਲਣਾ ਨਹੀਂ ਸੀ, ਹੁਣ ਤੁਸੀਂ ਵਾਰ ਵਾਰ ਕਹਿ ਰਹੇ ਸਦਾ ਬੋਲਿਆ। ਤੋ ਲਿਹਾਜ਼ਾ ਮੇਰੇ ਲਈ ਕਦੇ ਵੀ ਕੁਛ ਹੋਇਆ ਔਰ ਕੋਈ ਵੀ ਕੰਮ ਹੋਇਆ ਕਿਸੇ ਤਰੀਕੇ ਦਾ ਵੀ ਹੈ, ਮੈਂ ਕੱਲ੍ਹ ਵੀ ਇਲਾਕਿਆਂ ਵਿੱਚ ਸਨ, ਉੱਥੇ ਵੀ ਕਿਹਾ ਸੀ ਕਿ ਮੈਂ ਆਸਮਾਨ 'ਚੋਂ ਤਾਰਾ ਤੋੜ ਕੇ ਤਾਂ ਨਹੀਂ ਦੇ ਸਕਾਂਗਾ, ਲੇਕਿਨ ਇਸ ਦੁਨੀਆ ਵਿੱਚ ਜੋ ਵੀ ਤੁਹਾਡਾ ਹੱਕ ਬੰਦਾ ਹੋਏਗਾ, ਉਹ ਸੁਰਿੰਦਰ ਚੌਧਰੀ ਹਮੇਸ਼ਾ ਦਿਲਵਾਉਣ ਵਾਸਤੇ ਕੋਸ਼ ਇਸ ਮਾਲਕ ਦੀ ਹਜ਼ੂਰੀ 'ਚ ਰਹਿ ਕੇ ਹਮੇਸ਼ਾ ਕੋਸ਼ਿਸ਼ ਕਰਾਂਗਾ। ਲਿਹਾਜ਼ਾ ਜੋ ਵੀ ਤੁਹਾਡੇ ਕੰਮ ਹੋਣਗੇ ਮੇਰੇ ਹਮੇਸ਼ਾ ਹੁਕਮ ਕਰਿਓ। ਐਕਸ਼ਨ PWD 'ਤੇ ਆਏ ਦੇ ਹੋਣੇ, ਮੈਂ ਉਹਨੇ ਰਿਕੁਐਸਟ ਕਰਾਂਗਾ ਕਿ ਗੋੜਾ ਟੂ ਇੱਕ ਬਾਈਪਾਸ ਰੋਡ ਹੈ, ਮੈਂ ਚਾਹਾਂਗਾ ਇਹ ਰੋਡ ਕੰਪਲੀਟ ਹੋਏ ਜਲਦੀ ਤੋਂ ਜਲਦੀ, ਕਿਉਂਕਿ 25 ਦਸੰਬਰ ਨੂੰ ਬਰਸੀ ਹੈ। ਮੈਂ ਜਾਂਦੇ ਦੇਖਦਾ ਹੁੰਦਾ ਕਿ ਕਿੰਨਾ ਜਾਮ ਲੱਗਦਾ, ਔਰ ਮੇਰੇ ਕੋਲ ਮਿਨਿਸਟਰੀ ਵੀ ਉਹ ਹੈ ਜਿਹੜੀ ਤੁਹਾਡੇ ਕੰਮ ਦੀ ਹੈ। ਤੋ ਲਿਹਾਜ਼ਾ ਮੈਂ ਜਲਦੀ ਇਹ ਸੜਕਾਂ, ਔਰ ਮੈਂ ਪਰਸੋਂ ਹੀ ਸੈਕਟਰੀ PWD ਨੂੰ ਆਪਣੇ ਕੋਲ ਬੁਲਾਇਆ ਸੀ, ਸੈਕਟਰੀਏਟ, ਮੈਂ ਕਿਹਾ ਸੀ ਕਿ
ਪਾਟਾ ਸਖਣਾ ਗਾਲਾ ਪਾਟਾ ਨਨਿਆਲ ਰੋਡ ਪਾਇਆ ਸਖਣਾ ਗਾਲਾ ਜਿਹੜਾ ਇਸੀ ਮੈਂ ਬਹੁਤ ਜਲਦੀ ਸ਼ੁਰੂ ਕਰਾਂਗਾ ਕਿਉਂਕਿ ਇਸ ਨਾਲ ਬੜੀਆਂ ਸਾਡੀ 30-40 ਹਜ਼ਾਰ ਆਬਾਦੀ ਇਸ ਨਾਲ ਜੁੜੀ ਦੀ ਹੈ। ਤੇ ਲਿਹਾਜ਼ਾ ਇਹ ਮੈਂ ਗੱਲਾਂ ਮੈਂ ਤੁਸੀਂ ਕਹਿਣ ਦੀਆਂ ਜ਼ਰੂਰਤ ਨਹੀਂ, ਜੋ ਤੁਸੀਂ ਕੁਛ ਮੈਨੂੰ ਨਹੀਂ ਪਤਾ ਉਹਦੇ ਵਾਸਤੇ ਤੁਸੀਂ ਵੀ ਕਹਿਣਾ, ਲੇਕਿਨ ਕੁਛ ਜੋ ਮੈਨੂੰ ਪਤਾ ਮੈਂ ਆਪੇ ਸ਼ੁਰੂ ਕਰਾਂਗਾ। ਔਰ ਮੈਂ ਇਹ ਵੀ ਚਾਹੁੰਦਾ ਕਿ ਅਗਰ ਤੁਸੀਂ ਦੇਖੋ ਉੱਥੇ ਕੋਈ ਸਰਕਾਰੀ ਜ਼ਮੀਨ ਹੋਏ, ਕਿਉਂਕਿ ਜਦੋਂ ਬਰਸੀ ਹੁੰਦੀ ਹੈ ਬੜਾ ਜਾਮ ਹੈ, ਬੜਾ ਕੁਛ ਲੋਕ ਮੁਸ਼ਕਿਲ ਨਾਲ ਇੱਥੇ ਬਜ਼ੁਰਗ ਤਾਂ ਪਹੁੰਚ ਨਹੀਂ ਸਕਦੇ, ਪਿੱਛੋਂ ਆ ਹੀ ਨਹੀਂ ਸਕਦੇ, ਇੰਨਾ ਜਾਮ ਲੱਗ ਜਾਂਦਾ। ਕੋਈ ਪਾਰਕਿੰਗ ਦੀ ਜਗ੍ਹਾ ਅਗਰ ਤੁਸੀਂ ਕਰ ਸਕੋਗੇ ਤਾਂ ਮੈਂ ਆਪਣੇ ਡਿਪਾਰਟਮੈਂਟ ਦੇ ਤਰਫੋਂ ਤੁਹਾਨੂੰ ਉਹ ਪਾਰਕਿੰਗ 'ਚ ਬਣਾਉਣ 'ਚ ਕਾਫੀ ਮਦਦ ਕਰਾਂਗਾ, ਲੇਕਿਨ ਜਗ੍ਹਾ ਤੁਸੀਂ ਕਰਨੀ ਬਣਾ ਮੈਂ ਦਿਆਂਗਾ। ਤੋ ਲਿਹਾਜ਼ਾ ਅੱਜ ਦੇ ਵਾਸਤੇ ਮੈਂ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੇਰੇ ਪਰ ਮੇਰੇ ਪਰਿਵਾਰ ਪਰ ਬਹੁਤ ਆਸਾਨ ਬਖਸ਼ਿਆ ਕਿ ਮੈਂ ਤੁਸਾਂ ਲੋਕਾਂ ਨੂੰ ਜਿਤਾਇਆ। ਤੁਸਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਗਰ ਜਿਤਾਉਂਦੇ ਨਾ ਤਾਂ ਅੱਜ ਮੈਂ ਡਿਪਟੀ ਚੀਫ ਮਿਨਿਸਟਰ ਨਾ ਹੁੰਦਾ।